ਤੇ ਸੰਘਰਸ਼ ਕਮੇਟੀ ਜ਼ਿੰਦਾਬਾਦ 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 ਹੁਸ਼ਿਆਰਪੁਰ ਪ੍ਰਸ਼ਾਸਨ ਮੁਰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਮੀਨਾਂ ਦਾ ਬਾਜ਼ਾਰ ਮੁਆਵਜ਼ਾ ਦਿਓ ਮੁਆਵਜ਼ਾ ਦਿਓ ਮੁਆਵਜ਼ਾ ਦਿਓ ਅੱਜ ਪਿੰਡ ਭੋਲ ਦੇ ਵਿੱਚ ਜਿਹੜੇ ਅਫਸਰਾਂ ਇੱਥੇ ਪਹੁੰਚੇ ਆ ਜ਼ਮੀਨ ਦੀ ਜਿਹੜੀ ਐਕਵਾਇਰੀ ਨੂੰ ਲੈ ਕੇ ਪੂਰਾ ਪਿੰਡ ਤੇ ਨਾਲ ਦੇ ਪਿੰਡਾਂ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਦੁਕਾਨਦਾਰਾਂ ਨੇ ਮਿਹਨਤ ਕਛਾਂ ਨੇ ਇਕੱਠਿਆਂ ਹੋ ਕੇ ਇਹ ਸਾਫ ਅੱਜ ਇਹ ਇਤਰਾਜ਼ ਜ਼ਾਹਰ ਕੀਤਾ ਵੀ 6500 ਰੁਪਇਆ ਮਰਲਾ 2000 ਰੁਪਇਆ ਮਰਲਾ ਅਸੀਂ ਕਿਤਾਏ ਕੋਈ ਜ਼ਮੀਨ ਐਕਵਾਇਰ ਨਹੀਂ ਕਰਨ ਦਵਾਂਗੇ ਤੇ ਅਸੀਂ ਇੱਥੇ ਪੂਰੇ ਇਲਾਕੇ ਦੇ ਲੋਕਾਂ ਨੂੰ ਇਹ ਕਹਿ ਰਹੇ ਆ ਅਸੀਂ ਵਿਰੋਧੀ ਨਹੀਂ ਕਿਸੇ ਡਿਵੈਲਪਮੈਂਟ ਦੇ ਪਰ ਸਾਡੀ ਜ਼ਮੀਨਾਂ ਦਾ ਬਾਜ਼ਬ ਮੁਆਵਜ਼ਾ ਦੇ ਸਰਕਾਰ ਇੱਥੇ ਹੀ ਪ੍ਰਸ਼ਾਸਨ ਬੈਠ ਕੇ ਕਾਗਜ਼ਾਂ ਦੇ ਢਿੱਡ ਭਰ ਰਿਹਾ ਤੇ ਸਾਡੀ ਜ਼ਮੀਨ ਐਕਵਾਇਰ ਕਰਨ ਦਾ ਪ੍ਰਬੰਧ ਕਰ ਰਿਹਾ ਅੱਜ ਭੋਲ ਦੇ ਵਿੱਚ ਖੜ ਕੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਸ ਭਾਅ ਦੇ ਉੱਪਰ ਜ਼ਮੀਨ ਐਕਵਾਇਰ ਨਹੀਂ ਹੋਣ ਦਵਾਂਗੇ ਸਾਨੂੰ ਜੋ ਕਰਨਾ ਪਿਆ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਹਰ ਪ੍ਰਕਾਰ ਦਾ ਸੰਘਰਸ਼ ਕਰਾਂਗੇ ਤੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੰਦੇ ਹਾਂ 22 ਤਰੀਕ ਨੂੰ ਤਿੱਖਾ ਐਕਸ਼ਨ ਇਸ ਨੈਸ਼ਨਲ ਹਾਈਵੇ ਨੂੰ ਬੰਦ ਕਰਕੇ ਕਰਾਂਗੇ ਪੂਰੇ ਪੰਜਾਬ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਨੌਜਵਾਨ ਜਥੇਬੰਦੀਆਂ ਡਟਮੇ ਰੂਪ ਦੇ ਵਿੱਚ ਇੱਥੇ ਹਮਾਇਤ ਦੇ ਵਿੱਚ ਆਣਗੀਆਂ ਵੀ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਇਹ ਕੰਢੀ ਦੇ ਇਲਾਕੇ ਦੇ ਵਿੱਚ ਬਾਜ਼ਬ ਜ਼ਮੀਨ ਦਾ ਮੁਆਵਜ਼ਾ ਮਿਲ ਸਕੇ ਭਲਾ ਦੱਸੋ 2000 ਰੁਪਏ ਦੇ ਵਿੱਚ ਕਿਹੜੀ ਜਗ੍ਹਾ ਭਾਰਤ ਦਾ ਕਿਹੜਾ ਖੇਤਰ ਹੈ ਵੀ 2000 ਰੁਪਏ ਦੇ ਵਿੱਚ ਮਰਲਾ ਆਣਾ ਅਸੀਂ ਨੇ ਅਧਿਕਾਰੀਆਂ ਨੂੰ ਕਿਹਾ ਵੀ ਸਾਡੇ ਕੋਲ 10000 ਲੈ ਲਿਓ ਸਾਨੂੰ ਮਰਲਾ ਆਪਣੇ ਘਰ ਦੇ ਲਾਗੇ ਦਵਾ ਦਿਓ ਨਾ ਇਹ ਨਹੀਂ ਦਵਾਣਗੇ ਕਿਉਂਕਿ ਇਹਨਾਂ ਨੇ ਕਾਗਜ਼ਾਂ ਦੇ ਢਿੱਡ ਭਰਨੇ ਵੱਡੀ ਵੱਡੀ ਕੰਪਨੀਆਂ ਦੇ ਨਾਲ ਸਮਝੌਤੇ ਕਰਨੇ ਸਾਡੀਆਂ ਭੰਗ ਦੇ ਭਾਅ ਦੇ ਵਿੱਚ ਜ਼ਮੀਨਾਂ ਐਕਵਾਇਰ ਕਰਕੇ ਅਦਾਨੀ ਅਬਾਨੀ ਨੂੰ ਵੇਚਣੀਆਂ ਇਹ ਪਚਾਲਣ ਪਹਿਲਾਂ ਉਹਨਾਂ ਕਾਰਪੋਰੇਟ ਕੰਪਨੀਆਂ ਤੋਂ ਸਾਡੇ ਰੇਲਵੇ ਸਾਡੇ ਸਰਕਾਰੀ ਸੰਸਾਧਨ ਫਿਰ ਇੱਥੇ ਆਣ ਇੱਥੇ ਆ ਕੇ ਜ਼ਮੀਨ ਤਾਂ ਐਕਵਾਇਰ ਹੋਣ ਦਵਾਂਗੇ ਜੇ ਲੋਕਾਂ ਦੀ ਮਨ ਪਸੰਦ ਦਾ ਭਾਅ ਮਿਲੇਗਾ ਕਿਉਂਕਿ ਇੱਕ ਵਾਰ ਜ਼ਮੀਨ ਵਿਕ ਗਈ ਉਹ ਦੁਬਾਰਾ ਨਹੀਂ ਉਹ ਖਰੀਦ ਹੋਣੀ ਜਿੱਦਾਂ ਦੇ ਪ੍ਰਭਾਵ ਰੇਲਵੇ ਨਿਕਲ ਦੇ ਨਾਲ ਸਾਨੂੰ ਹੋਣੇ ਆ ਸਾਡੇ ਘਰਾਂ ਨੂੰ ਹੋਣੇ ਆ ਉਹਦਾ ਵਾਜਬ ਮੁਆਵਜ਼ਾ ਦੇ ਸਰਕਾਰ ਨਹੀਂ ਤਾਂ ਜਿੱਥੇ ਵੀ ਇਹ ਜਾਣਗੇ ਉੱਥੇ ਤਿੱਖੇ ਤੌਰ ਤੇ ਇਹਨਾਂ ਦੇ ਵਿਰੁੱਧ ਨਾਰੇਬਾਜ਼ੀ ਵੀ ਕਰਾਂਗੇ ਐਕਸ਼ਨ ਵੀ ਕਰਾਂਗੇ ਸੰਘਰਸ਼ ਵੀ ਕਰਾਂਗੇ ਤੇ ਪ੍ਰਸ਼ਾਸਨ ਨੂੰ ਇਹ ਕਹਿ ਦਿੰਦੇ ਆ ਵੀ ਜੇ ਕਿਸੇ ਪ੍ਰਕਾਰ ਦੇ ਕਿਸੇ ਪਿੰਡ ਵਾਲੇ ਨੂੰ ਧਮਕਾਉਣ ਦੀ ਡਰਾ ਦੀ ਕੋਸ਼ਿਸ਼ ਕੀਤੀ ਕਿਸੇ ਸਿਆਸੀ ਬੰਦੇ ਦੀ ਮਦਦ ਦੇ ਨਾਲ ਇਹਨਾਂ ਦੇ ਉੱਪਰ ਪ੍ਰਭਾਵ ਪਾਇਆ ਦਬਦਬਾ ਪਾਇਆ ਤੇ ਸਾਡਾ ਜਿਹੜਾ ਐਕਸ਼ਨ ਸਾਡੇ ਸੰਘਰਸ਼ ਦਾ ਸਾਹਮਣਾ ਤੁਹਾਨੂੰ ਕਰਨਾ ਪਏਗਾ ਬਚਾ ਕੇ ਰੱਖ ਲਿਓ ਆਪਣੀਆਂ ਕੁਰਸੀਆਂ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਤਲਵੇ ਚੱਟਣ ਦੀ ਬਜਾਏ ਇਹਨਾਂ ਲੋਕਾਂ ਦੀ ਰਾਖੀ ਕਰੋ ਜਿਨ੍ਹਾਂ ਦੀ ਰਾਖੀ ਦੇ ਲਈ ਤੁਹਾਨੂੰ ਨੌਕਰੀਆਂ ਮਿਲੀਆਂ ਹੋਈਆਂ ਇਹਨਾਂ ਦੇ ਟੈਕਸਾਂ ਦੇ ਪੈਸਿਆਂ ਦੇ ਨਾਲ ਇਹ ਸਾਡੇ ਸਰਕਾਰੀ ਖੇਤਰ ਚੱਲ ਰਿਹਾ ਤੁਹਾਡੀਆਂ ਤਨਖਾਹਾਂ ਚੱਲ ਰਹੀਆਂ ਸਾਡੇ ਗਰੀਬਾਂ ਨੂੰ ਗੁਰਬਤ ਦੇ ਵਿੱਚ ਗੁਜ਼ਾਰਾ ਕਰ ਰਹੇ ਕੰਢੀ ਖੇਤਰ ਦੇ ਲੋਕਾਂ ਨੂੰ ਅਜਿਹਾ ਨਾ ਕਰੜੋ ਅਸੀਂ ਐਲਾਨ ਕਰਦੇ ਹਾਂ ਪੂਰੇ ਇਲਾਕੇ ਦੇ ਲੋਕਾਂ ਨੂੰ 22 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਤਲਵਾੜੇ ਦੇ ਵਿੱਚ ਪਹੁੰਚੋ ਇਹਨਾਂ ਲੋਕਾਂ ਦੀ ਬਾਹ ਵੜੋ ਦੱਸੋ ਸਰਕਾਰ ਨੂੰ ਵੀ ਜੇ ਲੋਕਾਂ ਦੀ ਜ਼ਮੀਨ ਲੈਣੀ ਹੈ ਤੇ ਉਹਦਾ ਰੇਟ ਵਾਜਬ ਦੇਣਾ ਜਿਹਦੇ ਨਾਲ ਇਹਨਾਂ ਦਾ ਗੁਜ਼ਰ ਵਸੋਂ ਹੋ ਸਕੇ ਕੰਢੀ ਏਰੀਆ ਸੰਘਰਸ਼ ਕਮੇਟੀ ਜ਼ਿੰਦਾਬਾਦ 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 ਹੁਸ਼ਿਆਰਪੁਰ ਪ੍ਰਸ਼ਾਸਨ ਮੁਰਦਾਬਾਦ 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 ਲੋਕਾਂ ਦਾ ਏਕਾ ਜ਼ਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।